ਆਪਾਂ ਫਾਈਨਲ ਦੇਦਾਂਗੇ ਸਸਤੀ ਤੋਂ ਸਸਤੀ ਕਾਰ ਦਾ, ਕਿਉਂਕਿ ਹਰ ਵੀਰ ਦਾ ਬਜਟ ਹੁੰਦਾ ਯਾਰ ਕਿ ਆਪਾਂ ਨੂੰ ਸਟਾਰਟਿੰਗ ਜਿੱਦਾਂ ਕਿ ਵੀਰ ਕਹੀ ਜਾਂਦੇ ਯਾਰ ਅਲਟੋ ਦੇ ਬਜਟ ਦੇ ਵਿੱਚ ਆਪਾਂ ਨੂੰ ਸਵਿਫਟ ਚਾਹੀਦੀ, ਬਟ ਇਹ ਇੰਪੋਸੀਬਲ ਚੀਜ਼ ਹੈ ਨਾ ਕਿ ਨਹੀਂ ਮਿਲਦੀ ਅਲਟੋ ਦੇ ਬਜਟ ਦੇ ਸਾਰਾ ਤੁਹਾਨੂੰ ਅੱਜ ਮਿਲੂਗੀ ਜੀ ਆਪਾਂ ਦਵਾਂਗੇ ਜੀ, ਕਿੰਨੇ ਬਜਟ ਤੋਂ ਸਟਾਰਟ ਆਪਣੇ ਵੀਰਾਂ ਦੀ ਡਿਮਾਂਡ ਪੂਰੀ ਕਰਾਂਗੇ ਤੇ ਇੱਕ ਦੱਸ ਸਕਦੇ ਆਪਾਂ ਫਾਈਨਲ ਸਵਿਫਟ ਜਿਹੜੀ ਆ ਉਹ 260,000 ਰੁਪਏ ਦੀ ਹੋਵੇਗੀ। ਅੱਛਾ ਜੀ ਅਲਟੋ ਪਹਿਲਾਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਸਾਡੇ ਵੀਰ ਜੀ ਬਹੁਤ ਦੂਰੋਂ ਆਏ ਸਾਡੇ ਕੋਲ ਕਾਰ ਲੈਣ, ਆਪਾਂ ਇਹਨਾਂ ਪੁੱਛਦੇ ਕਿਹੜੀ ਜਗ੍ਹਾ ਤੋਂ ਆਏ ਔਰ ਇਹਨਾਂ ਨੂੰ ਸਾਡੇ ਬਾਰੇ ਕਿੱਦਾਂ ਪਤਾ ਲੱਗਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕਿਹੜੀ ਜਗ੍ਹਾ ਤੋਂ ਆਏ ਸਰ? ਅਸੀਂ ਪਾਤਰਾ ਮੰਡੀ ਤੋਂ ਆਏ ਜੀ, ਡਿਸਟ੍ਰਿਕਟ ਪਟਿਆਲਾ ਤੋਂ। ਅਤੇ ਤੁਹਾਨੂੰ ਭੰਡਾਰੀ ਕਾਰ ਬਾਜ਼ਾਰ ਦਾ ਕਿਸ ਤਰ੍ਹਾਂ ਪਤਾ ਲੱਗਾ? ਸਾਨੂੰ ਅਸੀਂ ਉਹ 'ਤੇ ਦੇਖਿਆ ਯੂਟਿਊਬ 'ਤੇ। ਠੀਕ ਹੈ ਜੀ। ਅਤੇ ਬਹੁਤ ਵਧੀਆ ਸਾਨੂੰ ਤੁਹਾਡੀ ਡੀਲਿੰਗ ਪਸੰਦ ਆਈ ਹੈ। ਤੁਸੀਂ ਕਿਹੜੀ ਕਾਰ ਅੱਜ ਪਰਚੇਜ਼ ਕੀਤੀ ਜੀ? ਜਿੰਨੀਆਂ ਤੁਹਾਡੇ ਕੋਲ ਗੱਡੀਆਂ ਖੜੀਆਂ ਨੇ, ਇੱਕ ਤਾਂ ਨੰਬਰ ਪੰਜਾਬ ਹੈ ਜੀ, ਸਭ ਤੋਂ ਵੱਡੀ ਗੱਲ ਹੈ, ਤੇ ਸਾਫ਼ ਸੁਥਰੀ ਗੱਡੀ ਹੈ ਜੀ, ਸਾਫ਼ ਸੁਥਰਾ ਤੁਹਾਡਾ ਜਿਹੜਾ ਬਿਹਾਰ ਹੈ। ਥੈਂਕ ਯੂ ਜੀ। ਹੋਰ ਸਰ ਤੁਸੀਂ ਸਾਡੇ ਯੂਟਿਊਬ ਫੈਮਿਲੀ ਨੂੰ ਕੀ ਕਹਿਣਾ ਚਾਹੁੰਦੇ ਹੋ? ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ ਜੀ, ਬਹੁਤ ਹੀ ਵਧੀਆ ਤੁਹਾਡਾ ਸਾਨੂੰ ਲੱਗਿਆ ਪਿਆਰ ਹੈ ਜਿਹੜਾ। ਥੈਂਕ ਯੂ ਜੀ। ਅਸੀਂ ਇੱਕ ਗੱਡੀ ਨਹੀਂ, ਅਸੀਂ ਤੁਹਾਡੇ ਤੋਂ ਦੋ ਲਈਆਂ ਨੇ, ਇੱਕ ਅਸੀਂ ਸਵਿਫਟ ਵੀ ਖਰੀਦੀ ਹੈ। ਬਿਲਕੁਲ ਜੀ, ਸਰ ਨੇ ਆਏ ਸਾਡੇ ਕੋਲ ਇੱਕੋ ਲੈਣ ਕਾਰ ਸੀ, ਇਹਨਾਂ ਨੂੰ ਆਉਂਦੇ ਹੀ ਦਸ ਮਾਲੇ ਸਵਿਫਟ ਪਸੰਦ ਆ ਗਈ, ਉਹਦੇ ਨਾਲ ਹੀ ਸਾਡੇ ਨਾਲ ਇਹਨਾਂ ਡੀਲ ਕੀਤੀ ਜੀ। ਹੋਰ ਬਾਬੂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਬਸ ਸਾਨੂੰ ਬਹੁਤ ਵਧੀਆ ਲੱਗੀ ਤੁਹਾਡੀ ਡੀਲਿੰਗ ਜੀ। ਸਾਡੇ ਕੋਈ ਦਫ਼ਤਰ ਦੇ ਬੱਚੇ ਜਾਂ ਤੁਹਾਨੂੰ ਕੋਈ ਪੇਪਰਾਂ ਦੀ ਕਾਰਵਾਈ ਕੀਤੀ, ਕੋਈ ਟਾਈਮ ਤਾਂ ਲੱਗਾ? ਨਹੀਂ ਨਹੀਂ, ਕੋਈ ਟਾਈਮ ਨਹੀਂ ਲੱਗਿਆ, ਬਿਲਕੁਲ ਸਹੀ। ਠੀਕ ਹੈ ਜੀ, ਸਹੀ, ਗੱਡੀ ਵਧੀਆ ਜੀ? ਬਹੁਤ ਵਧੀਆ ਜੀ। ਤੁਸੀਂ ਸੈਟਿਸਫਾਈ ਬਿਲਕੁਲ? ਹਾਂ, ਸੈਟਿਸਫਾਈ ਹੈ ਜੀ। ਔਰ ਸਾਡੇ ਯੂਟਿਊਬ ਨੂੰ ਕੀ ਕਹਿਣਾ ਚਾਹੁੰਦੇ? ਅਸੀਂ ਬਸ ਉਰੇ ਆ ਕੇ ਖਰੀਦੋ ਸਾਰੀਆਂ ਜਾਂ ਕੋਈ ਭੰਡਾਰੀ ਕਾਰ। ਠੀਕ ਹੈ, ਥੈਂਕ ਯੂ ਜੀ। ਥੈਂਕ ਯੂ ਸਰ। ਬਹੁਤ ਦੂਰੋਂ ਸਫ਼ਰ ਕਰਕੇ ਆਏ ਬਾਈ ਜੀ ਪਾਤੜਾਂ ਤੋਂ, ਜਿੱਥੇ ਕਿ 250 ਕਿਲੋਮੀਟਰ ਔਰ ਗਾੜਿਆ ਪਾਤੜਾਂ ਜੋ ਕਿ ਦਿੱਲੀ ਦਾ ਅਤੇ ਪੰਜਾਬ ਦਾ ਸਮਝ ਲਓ ਬਾਰਡਰ ਹੈ ਜੀ, ਉੱਥੋਂ ਆਏ ਆਪਾਂ ਇਹਨਾਂ ਦਾ ਬਹੁਤ ਬਹੁਤ ਥੈਂਕਸ ਕਰਦੇ ਹਾਂ। ਪਾਤੜਾਂ ਦੀ ਜਿਹੜੀ ਮਾਰਕੀਟ ਹੈ ਜੀ ਗੱਡੀਆਂ ਦੀ, ਹਾਂਜੀ, ਉਹ ਵੀ ਇੱਕ ਏਸ਼ੀਆ ਦੀ ਮਾਰਕੀਟ ਹੈ, ਬਹੁਤ ਵੱਡੀ ਮਾਰਕੀਟ। ਬਿਲਕੁਲ ਜੀ, ਮੈਂ ਕਿਹਾ ਗਾੜਿਆ ਜੀ ਮਾਰਕੀਟ। ਔਰ ਬਾਕੀ ਕੋਈ ਸ਼ੱਕ ਨਹੀਂ, ਸਾਨੂੰ ਬਹੁਤ ਮਾਣ ਬਖਸ਼ਿਆ ਸਾਡੇ ਵੀਰਾਂ ਨੇ ਵੀ ਐਡੀ ਦੂਰੋਂ ਸਾਡੇ ਕੋਲ ਚੱਲ ਕੇ ਸਾਡੇ ਕੋਲ ਇਹ ਕਾਰ ਲੈਣਾ ਹੈ, ਆਪਾਂ ਇਹਨਾਂ ਦਾ ਧੰਨਵਾਦ ਕਰਦੇ ਦਿਲੋਂ ਜੀ। ਥੈਂਕ ਯੂ ਜੀ। ਦੋਸਤੋ ਕੀ ਹਾਲ ਚਾਲ, ਅਤੇ ਸਭ ਤੋਂ ਪਹਿਲਾਂ ਤਾਂ ਮੇਰੇ ਸਾਹਿਬ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ। ਅਤੇ ਅੱਜ ਫਿਰ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ, ਅਤੇ ਵੀਰਾਂ ਦੀ ਡਿਮਾਂਡ ਜਿੱਦਾਂ ਕਿ ਆਈ ਸੀ ਕਿ ਸਰ ਅਮਰੂਤੀ ਦਾ ਜੋ ਪ੍ਰੋਡਕਟ ਆ ਇਹ ਬਹੁਤ ਹੀ ਆਪਾਂ ਨੂੰ ਸ਼ੋਰਟੇਜ 'ਚ ਮਿਲ ਰਿਹਾ, ਅਤੇ ਸ਼ੋਰੂਮ 'ਚ ਵੀ ਜਾਈਏ ਤਾਂ ਉੱਥੇ ਵੀ ਕਾਫੀ ਸਾਰੀ ਬੁਕਿੰਗ ਚੱਲ ਰਹੀ ਆ, ਘੱਟ ਤੋਂ ਘੱਟ 1 ਜਾਂ 2 ਮਹੀਨੇ ਦੀ, ਬਟ ਆਪਾਂ ਨੂੰ ਸੇਮ ਡੇ ਚਾਹੀਦੀ ਹੁੰਦੀ ਆ। ਸੋ ਇਸ ਤਰ੍ਹਾਂ ਦੀ ਫੈਸਿਲਿਟੀਜ਼ ਜੋ ਆਪਾਂ ਲੈ ਗਏ ਹਾਂ ਕਿ ਸੇਮ ਡੇ ਆਪਾਂ ਆਪਣੇ ਕਸਟਮਰ ਨੂੰ ਜੋ ਪ੍ਰੋਵਾਈਡ ਕਰਾਵਾਂਗੇ ਜੀ ਕਾਰ, ਅਤੇ ਅੱਜ ਦੀ ਵੀਡੀਓ ਦੇ ਵਿੱਚ ਸਪੈਸ਼ਲ ਜੋ ਸਵਿਫਟ ਐਂਡ ਸਵਿਫਟ ਡਿਜ਼ਾਇਰ ਹੀ ਕਾਰ ਜੋ ਲੈ ਕੇ ਆਏ ਹਾਂ, ਅਤੇ ਵੀਰਾਂ ਦੀ ਡਿਮਾਂਡ ਦੇ ਅਕੋਰਡਿੰਗ VXI ZXI ਮਾਡਲ ਬਹੁਤ ਘੱਟ ਚੱਲੀਆਂ ਕਾਰਾਂ, ਜਿੱਦਾਂ ਕਿ ਤੁਹਾਨੂੰ ਵੀਡੀਓ 'ਚ ਦਿਖਾਵਾਂਗੇ ਆਪਾਂ ਸਿਰਫ ਅਤੇ ਸਿਰਫ ਜੋ 1,500 ਕਿਲੋਮੀਟਰ ਕਾਰ ਚੱਲੀ ਹੈ ਜੀ। ਅਤੇ ਹੁਣ ਆਪਾਂ ਕਰਦੇ ਭੰਡਾਰੀ ਸਰ ਨਾਲ ਗੱਲ, ਅਤੇ ਲੈਣੇ ਇਨਫੋਰਮੇਸ਼ਨ ਕਿ ਕਿਹੜੇ ਬਜਟ ਤੋਂ ਜੋ ਕਾਰ ਸਟਾਰਟ ਹੋ ਜਾਂਦੀ ਹੈ ਅਤੇ ਕਿੱਦਾਂ ਦੀ ਕੰਡੀਸ਼ਨ ਦੀ ਕਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਸਤਿ ਸ਼੍ਰੀ ਅਕਾਲ। ਅਤੇ ਅੱਜ ਦੀ ਸਪੈਸ਼ਲ ਵੀਡੀਓ ਜੋ ਡਿਮਾਂਡ ਦੇ ਅਕੋਰਡਿੰਗ ਹੀ ਕਰ ਦਈਆਂ ਨਾ ਸਰ। ਬਿਲਕੁਲ ਸਰ, ਬਹੁਤ ਸਾਰੇ ਵੀਰ ਕਹਿੰਦੇ ਸੀ ਸਿਰਫ ਸਵਿਫਟ ਦਾ ਹੀ ਬਲੌਗ ਦਿਖਾਓ। ਹਾਂਜੀ, ਅੱਜ ਆਪਾਂ ਤੁਹਾਨੂੂੰ ਸਵਿਫਟ ਅਤੇ ਡਿਜ਼ਾਇਰ ਘੱਟ ਚੱਲੀਆਂ ਔਰ ਨਵੇਂ ਮਾਡਲ ਦੀਆਂ ਨਵੀਆਂ ਕਾਰਾਂ ਦਿਖਾਓ। ਹੋਰ, ਅਤੇ ਜੇ ਆਪਾਂ ਗੱਲ ਕਰੀਏ ਸਵਿਫਟ ਦੀ ਹੈ ਨਾ, ਅਤੇ ਕਿੰਨੇ ਬਜਟ ਦੇ ਵਿੱਚ ਕਾਰ ਦੇ ਦੋਗੇ ਜੀ ਅੱਜ? ਅੱਜ ਆਪਾਂ ਤੁਸੀਂ ਸੋਚ ਕੇ ਦੱਸੋ ਜੀ, ਆਪਾਂ ਫਾਈਨਲ ਦੇਦਾਂਗੇ ਸਸਤੀ ਤੋਂ ਸਸਤੀ ਕਾਰ ਦਾ, ਕਿਉਂਕਿ ਹਰ ਵੀਰ ਦਾ ਬਜਟ ਹੁੰਦਾ ਯਾਰ ਕਿ ਆਪਾਂ ਨੂੰ ਸਟਾਰਟਿੰਗ ਜਿੱਦਾਂ ਕਿ ਵੀਰ ਕਹੀ ਜਾਂਦੇ ਯਾਰ ਅਲਟੋ ਦੇ ਬਜਟ ਦੇ ਵਿੱਚ ਆਪਾਂ ਨੂੰ ਸਵਿਫਟ ਚਾਹੀਦੀ, ਬਟ ਇਹ ਇੰਪੋਸੀਬਲ ਚੀਜ਼ ਹੈ ਨਾ ਕਿ ਨਹੀਂ ਮਿਲਦੀ ਅਲਟੋ ਦੇ ਬਜਟ ਦੇ ਸਾਰਾ ਤੁਹਾਨੂੰ ਅੱਜ ਮਿਲੂਗੀ ਜੀ ਆਪਾਂ ਦਵਾਂਗੇ ਜੀ। ਕਿੰਨੇ ਬਜਟ ਤੋਂ ਸਟਾਰਟ ਆਪਣੇ ਵੀਰਾਂ ਦੀ ਡਿਮਾਂਡ ਪੂਰੀ ਕਰਾਂਗੇ? ਅਤੇ ਇੱਕ ਦੱਸ ਸਕਦੇ ਆਪਾਂ ਫਾਈਨਲ
ਸਵਿਫਟ ਜਿਹੜੀ ਆ ਉਹ 260,000 ਰੁਪਏ ਦੀ ਲੱਗ। ਅੱਛਾ ਜੀ, ਅਲਟੋ ਦੇ ਬੇਡ 'ਚ ਕਹਿ ਸਕਦੇ ਹਾਂ ਵਿਦਆਊਟ ਲੋਨ, ਸਿਰਫ 260,000 ਦੇਣਾ ਆਪਾਂ। ਬਿਲਕੁਲ ਜੀ ਬਿਲਕੁਲ। ਅਤੇ ਹੁਣ ਆਪਾਂ ਕਰਦੇ ਵੀਡੀਓ ਸਟਾਰਟ, ਅਤੇ ਇੱਕ ਹੋਰ ਆਪਾਂ ਗੱਲ ਕਰੀਏ ਪਹਿਲਾਂ ਲੋਨ ਦੀ ਫੈਸਿਲਿਟੀ ਦੇ ਰਿਗਾਰਡਿੰਗ। ਇਹ ਤਾਂ ਆਪਾਂ ਗੱਲ ਕੀਤੀ ਨਾ 260,000 ਦੀ ਵਿਦਆਊਟ ਲੋਨ ਦਾ। ਬਿਲਕੁਲ ਜੀ। ਅਤੇ ਜਿਹੜੇ ਆਪਣੇ ਵੀਰ ਜਾਂਦੇ ਯਾਰ ਉੱਪਰਲੇ ਮਾਡਲ ਦੀ, ਮੰਨ ਲਓ ਕਾਰ ਮਿਲਦੀ, ਅਤੇ ਉਹਨਾਂ ਲਈ ਫੈਸਿਲਿਟੀ ਕੀ ਹੈਗੀ ਆਪਣੇ ਕੋਲ? ਸਰ ਜਿਸ ਤਰ੍ਹਾਂ ਆਪਾਂ ਅੱਗੇ ਵੀ ਆਪਣੀ ਵੀਡੀਓ 'ਚ ਦੱਸਦੇ ਹਾਂ, ਜਿੱਦਾਂ ਕੋਈ ਗੌਰਮੈਂਟ ਅਪਲਾਈ ਆ, ਹਾਂਜੀ, ਉਹਨਾਂ ਵਾਸਤੇ ਆਪਾਂ ਸੇਮ ਡੇ ਵੀ ਕਾਰ ਹੁਣ ਡਿਲੀਵਰ ਕਰਨਾ ਪੈ ਜੀ। ਓਕੇ। ਉਹ ਆਪਣੇ ਡਾਕੂਮੈਂਟ ਪੂਰੇ ਲੈ ਕੇ ਆਉਣ। ਡਾਕੂਮੈਂਟ ਜਿੱਦਾਂ ਗੌਰਮੈਂਟ ਅਪਲਾਈ ਵਾਸਤੇ ਕੀ ਚਾਹੀਦਾ? ਪੈਨ ਕਾਰਡ, ਆਧਾਰ ਕਾਰਡ, 6 ਮਹੀਨੇ ਦੀ ਬੈਂਕ ਸਟੇਟਮੈਂਟ, 5 ਚੈੱਕ, ਅਤੇ ਇੱਕ ਮੰਨ ਲਓ ਤੁਹਾਡਾ ਪੇ ਸਲਿੱਪ, ਨੰਬਰ ਫੋਨ ਜਾਂ ITR। ਠੀਕ ਹੈ ਜੀ। ਇਹਨਾਂ ਵਿੱਚ ਇਹ ਪੂਰੇ ਡਾਕੂਮੈਂਟ ਲੈ ਕੇ ਆਓ, ਸੇਮ ਡੇ ਵੀ ਆਪਾਂ ਕਾਰ ਡਿਲੀਵਰ ਕਰਦੇ ਹਾਂ। ਓਕੇ। ਸੇਮ ਡੇ ਆਪਾਂ ਨੂੰ ਜੋ ਕਾਰ ਮਿਲ ਜੂਗੀ ਆਪਾਂ ਇਫ ਆਪਣੇ ਡਾਕੂਮੈਂਟ ਜੋ ਕੰਪਲੀਟ ਹੈਗੇ। ਬਿਲਕੁਲ ਜੀ ਬਿਲਕੁਲ। ਹੈ ਨਾ। ਅਤੇ ਹੋਰ ਆਪਾਂ ਗੱਲ ਕਰੀਏ ਕਿ ਆਪਣੀ ਜੋ ਲੋਕੇਸ਼ਨ ਹੈ ਕਿਹੜੀ ਜਗ੍ਹਾ 'ਤੇ ਪੈ ਜਾਂਦੀ ਹੈ? ਲੋਕੇਸ਼ਨ ਸਰ ਇਹ ਹੈਗਾ ਭੋਗਪੁਰ, ਡਿਸਟ੍ਰਿਕਟ ਜਲੰਧਰ। ਅਗਰ ਤੁਸੀਂ ਲੁਧਿਆਣੇ ਸਾਈਡ ਤੋਂ ਆ ਰਹੇ ਹਾਂ ਜਾਂ ਮੋਗੇ ਸਾਈਡ ਤੋਂ ਆ ਰਹੇ ਹਾਂ ਤੁਹਾਨੂੰ ਜਲੰਧਰ ਆਉਣਾ ਪਏਗਾ। ਹਾਂਜੀ। ਜਲੰਧਰ ਤੋਂ 20 ਕਿਲੋਮੀਟਰ ਅੱਗੇ ਨੈਸ਼ਨਲ ਹਾਈਵੇ ਰੋਡ 'ਤੇ ਭੋਗਪੁਰ ਹੈ ਜੀ। ਓਕੇ। ਅਗਰ ਤੁਸੀਂ ਵਾਇਆ ਪਠਾਨਕੋਟ ਤੋਂ ਆ ਰਹੇ ਹਾਂ ਤਾਂ 70 ਕਿਲੋਮੀਟਰ ਪਠਾਨਕੋਟ ਤੋਂ ਭੋਗਪੁਰ ਆ। ਅਗਰ ਤੁਸੀਂ ਅੰਮ੍ਰਿਤਸਰ ਤੋਂ ਆ ਰਹੇ ਹਾਂ, ਅੰਮ੍ਰਿਤਸਰ ਤੋਂ ਇਹ 80 ਕਿਲੋਮੀਟਰ ਟੋਟਲ ਭੋਗਪੁਰ ਪੈਂਦਾ। ਆਪਣੇ ਫੋਨ 'ਤੇ ਤੁਸੀਂ ਲੋਕੇਸ਼ਨ ਲਾ ਸਕਦੇ ਹਾਂ, ਭੰਡਾਰੀ ਕਾਰ ਵੀ ਆ ਜੀ, ਭੰਡਾਰੀ ਕਾਰ ਵੀ ਆ। ਸਰਚ ਕਰਕੇ ਵੀ ਤੁਸੀਂ ਜੋ ਆਪਣੀ ਐਗਜੈਕਟ ਲੋਕੇਸ਼ਨ 'ਤੇ ਤੁਸੀਂ ਪਹੁੰਚ ਸਕਦੇ ਹਾਂ ਜੀ। ਅਤੇ ਇਸ ਦੇ ਨਾਲ ਆਪਣੇ ਜਿਹਨੇ ਵੀਰਾਂ ਨੇ ਆਪਣੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਭ ਤੋਂ ਪਹਿਲਾਂ ਤਾਂ ਰੈੱਡ ਬਟਨ ਨੂੰ ਪ੍ਰੈਸ ਕਰਕੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ। ਉਹਦੇ ਨਾਲ ਬੈਲ ਨੋਟੀਫਿਕੇਸ਼ਨ ਵਾਲਾ ਬਟਨ ਆਊਗਾ ਜੀ, ਉਹਨੂੰ ਦਬਾਉਣਾ ਨਾ ਭੁੱਲਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤੁਹਾਨੂੰ। ਅਤੇ ਹੋਰ ਵੀ ਜੋ ਆਪਣਾ ਚੈਨਲ ਹੈਗਾ ਆਪਣੇ ਵੀਰਾਂ ਦੇ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਦਿਆ ਕਰੋ, ਤਾਂ ਜੋ ਉਹਨਾਂ ਦੀ ਵੀ ਕੋਈ ਡਿਮਾਂਡ ਹੋਵੇ ਕਿ ਕਾਰ ਵਧੀਆ ਪਰਚੇਜ਼ ਕਰਨ ਦੇ ਰਿਗਾਰਡਿੰਗ, ਸੋ ਆਪਣੇ ਕੋਲ ਪਹੁੰਚ ਕੇ ਜੋ ਕਾਰ ਪਰਚੇਜ਼ ਕਰ ਸਕਣ ਜੀ, ਅਤੇ ਆਪਣਾ ਕਰ ਸਕਣ ਸੁਪਨਾ ਪੂਰਾ ਇੱਕ ਕਾਰ ਨਵੀਂ। ਵੀਰ ਨੇ ਕਿਸੇ ਨੇ ਇਸ ਗੱਡੀ ਦੇ ਕਈ ਵਾਰੀ ਸਨੈਪ ਮੰਗਦੇ, ਸਾਨੂੰ ਹੋਰ ਗੱਡੀ ਦੀਆਂ ਸਨੈਪ ਚਾਹੀਦੀਆਂ। ਹਾਂਜੀ। ਉਹਨਾਂ ਵਾਸਤੇ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਵੀ ਸਾਡਾ ਇੱਕ ਨੰਬਰ ਹੈ ਜੀ 9870804861। ਇਹ ਨੰਬਰ ਤੁਸੀਂ ਫੀਡ ਕਰੋ ਭੰਡਾਰੀ ਕਾਰ ਬਜਾਜ ਦੇ ਨਾਂ 'ਤੇ। ਇਹਦੇ ਕਿ ਤੁਸੀਂ ਜਾਣਾ ਵਟਸਐਪ 'ਤੇ, ਵਟਸਐਪ ਖੋਲੋਗੇ ਇਸ ਨੰਬਰ ਦਾ, ਉਹਦੇ ਉੱਪਰਲੇ ਪਾਸੇ ਇੱਕ ਛੋਟੀ ਜਿਹੀ ਕਿਤਾਬ ਵਾਂਗੂ ਕੈਟਲੋਗ ਬਣੀ ਹੈ, ਉਹਨੂੰ ਟੱਚ ਕਰੋ। ਟੱਚ ਕਰੋਗੇ ਤਾਂ ਸਾਡਾ ਪੂਰਾ ਸਟੋਕ ਖੁੱਲ ਜਾਊਗਾ, ਔਰ ਇੱਕ ਇੱਕ ਕਾਰ ਦੀ ਘੱਟ ਤੋਂ ਘੱਟ 5-6 ਸਨੈਪ ਔਰ ਪੂਰੀ ਡਿਟੇਲ ਲਿਖੀ ਹੋਈ ਆ, ਉੱਥੋਂ ਤੁਸੀਂ ਚੈੱਕ ਕਰ ਸਕਦੇ। ਇਹ ਵੀ ਬਹੁਤ ਵਧੀਆ ਚੀਜ਼ ਆ ਕਿ ਕਈ ਵੀ ਆਪਣੇ ਵੀਰ ਮੰਗਦੇ ਆ ਫੋਟੋਜ਼ ਚਾਹੀਦੀਆਂ ਸਾਨੂੰ। ਬਿਲਕੁਲ ਜੀ ਬਿਲਕੁਲ। ਉਹਦੇ ਉੱਪਰ ਜਾ ਕੇ ਜੋ ਇਕੱਲੀ ਇਕੱਲੀ ਕਾਰ ਦੇ ਰਿਗਾਰਡਿੰਗ ਇਨਫੋਰਮੇਸ਼ਨ ਚੈੱਕ ਕਰ ਸਕਦੇ, ਫੋਟੋਜ਼ ਵੀ ਦੇ ਸਕਦੇ ਆ ਜੀ। ਅਤੇ ਨੰਬਰ ਆਪਾਂ ਫਿਰ ਤੁਹਾਨੂੰ ਬੋਲ ਕੇ ਦੱਸਦੇ ਹਾਂ 9870804861। ਆਪਣਾ ਜੋ ਕੰਟੈਕਟ ਨੰਬਰ ਹੈਗਾ ਵਟਸਐਪ 'ਤੇ ਜਾ ਕੇ ਤੁਸੀਂ ਕੈਟਲੋਗ ਚੈੱਕ ਕਰ ਸਕਦੇ ਕਿਹੜਾ ਕਿਹੜਾ ਸਟੋਕ ਆਪਣੇ ਕੋਲ ਅਵੇਲੇਬਲ ਆ ਜੀ। ਅਤੇ ਹੁਣ ਆਪਾਂ ਕਰਦੇ ਵੀਡੀਓ ਸਟਾਰਟ। ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਅੱਜ ਸਾਡੇ ਵੀਰ ਜੀ ਜੋ ਕਿ ਸਾਡੇ ਕੋਲ ਬਹੁਤ ਦੂਰੋਂ ਗੱਡੀ ਲੈਣ ਆਏ, ਆਪਾਂ ਇਹਨਾਂ ਨੂੰ ਪੁੱਛਦੇ ਵੀ ਇਹ ਕਿਹੜੀ ਜਗ੍ਹਾ ਤੋਂ ਆਏ ਆ ਔਰ ਇਹਨਾਂ ਨੂੰ ਸਾਡੇ ਬਾਰੇ ਕਿੱਦਾਂ ਪਤਾ ਲੱਗਾ ਔਰ ਇਹਨਾਂ ਨੇ ਸਾਡੀ ਸਾਡੇ ਕੋਲ ਜਿਹੜੀ ਕਾਰ ਪਰਚੇਜ਼ ਕੀਤੀ ਉਹ ਕਿੱਦਾਂ ਦੀ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਕਿਹੜੀ ਜਗ੍ਹਾ ਤੋਂ ਆਏ ਜੀ? ਅਸੀਂ ਆਏ ਹਾਂ ਨਵਾਂ ਸ਼ਹਿਰ ਪੱਲੀ ਚੱਕੀ। ਅਤੇ ਪਿੱਛੋਂ ਤੁਸੀਂ ਕਿਹੜੀ ਜਗ੍ਹਾ ਸਾਡੀ ਕਾਰ ਬੁੱਕ ਕੀਤੀ ਆ? ਅਜੀ ਅਮੈਰੀਕਾ ਤੋਂ, ਬਰਦਰ ਨੇ ਬੁੱਕ ਕਰਾਈ ਸੀ। ਅਤੇ ਕਿੱਦਾਂ ਨੇ ਤੁਹਾਨੂੰ ਕਾਰ ਲੱਗੀ ਜੀ? ਕਾਰ ਬਹੁਤ ਵਧੀਆ ਜੀ, ਪਹਿਲੀ ਵੀ ਵਧੀਆ ਸੀ, ਆਹ ਵੀ ਬਹੁਤ ਵਧੀਆ ਵਾ, ਵਧੀਆ ਟੋਪ ਮਾਡਲ ਜਿੱਦਾਂ ਵੀ ਜਾਣੀ ਅੱਜੇ ਕੜਾ ਕੇ ਲੈਂਦੀ ਉਹ ਚੀਜ਼ ਆ ਜੀ। ਬਹੁਤ ਮਿਹਰਬਾਨੀ ਤੁਹਾਡੀ। ਸਾਡਾ ਹੋਰ ਵੀ ਕਾਫੀ ਸਾਰਾ ਸਟਾਕ, ਬਹੁਤ ਜ਼ਿਆਦਾ ਹੋਰ ਵੀ ਲਵਾਂਗੇ ਜੀ, ਫਾਰਚੂਨਰ ਵਗੈਰਾ ਹੋਰ ਵੀ ਜਾ ਕੇ ਚੱਕਾਂਗੇ। ਕਾਫੀ ਸਾਰਾ ਸਟਾਕ ਦੇਖ ਕੇ ਕਿੱਦਾਂ ਤੁਹਾਨੂੰ ਗੱਡੀ? ਬਹੁਤ ਟੋਪ ਦਾ ਜੀ, ਵਧੀਆ ਵਧੀਆ, ਬਹੁਤ ਟੋਪ ਦੀਆਂ ਤੁਹਾਡੀਆਂ ਗੱਡੀਆਂ, ਸਾਰੀਆਂ ਟੋਪ ਦੀਆਂ ਜੀ, ਛੋਟੀ ਤੋਂ ਬੜੀ, ਬੜੀ ਤੋਂ ਛੋਟੀ, ਸਭ ਟੋਪ 'ਚ। ਥੈਂਕ ਯੂ ਵੈਰੀ ਮੱਚ ਫੋਰ ਯੂ। ਅਤੇ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਆ? ਸਾਡੇ ਕਾਰ ਬਾਜ਼ਾਰ ਤੁਸੀਂ ਅੱਜ ਪਹਿਲੀ ਵਾਰੀ ਆਏ ਆ? ਬਿਲਕੁਲ ਬਿਲਕੁਲ ਜੀ। ਤੁਹਾਨੂੰ ਸਾਡਾ ਕਾਰ ਬਾਜ਼ਾਰ ਕਿੱਦਾਂ ਲੱਗਾ? ਲੱਗਾ ਕਾਰ ਬਾਜ਼ਾਰ ਇੰਨਾ ਵਧੀਆ, ਇੱਥੇ ਰਹਿ ਕੇ ਮਨ ਹੀ ਭਰ ਜਾਂਦਾ ਬੰਦੇ ਦਾ, ਜਾਣੇ ਦਿਲ ਹੀ ਨਹੀਂ ਕਰਦਾ, ਖਾਲੀ ਹੱਥ ਤਾਂ ਬਿਲਕੁਲ ਨਹੀਂ ਜਾਣੇ ਦਿਲ ਕਰਦਾ ਜੀ। ਮਿਹਰਬਾਨੀ ਸਰ। ਹੋਰ ਸਾਡਾ ਕਾਫੀ ਸਾਰਾ ਸਟਾਕ ਦੇਖਿਆ ਤੁਸੀਂ? ਬਿਲਕੁਲ ਬਿਲਕੁਲ, ਸਾਰੀਆਂ ਲੱਗਾ ਜੀ, ਸਾਰੀਆਂ ਗੱਡੀਆਂ ਬਹੁਤ ਖੂਬਸੂਰਤ ਵਧੀਆ ਹੀ ਆ। ਜਿਹੜੀ ਤੁਸੀਂ ਕਾਰ ਪਰਚੇਜ਼ ਕੀਤੀ ਕਿੱਦਾਂ ਦੀ ਆ? ਬਹੁਤ ਜ਼ਿਆਦਾ ਵਧੀਆ ਜੀ, ਪੂਰੇ ਖੁਸ਼? ਹਾਂਜੀ ਖੁਸ਼ ਹਾਂ ਜੀ, ਪੂਰੇ ਤਸੱਲੀ ਪੂਰੀ? ਬਿਲਕੁਲ ਬਿਲਕੁਲ ਸਰ, ਕੋਈ ਜਿਲਾ ਸਿਕਵਾ ਨਹੀਂ, ਕੋਈ ਸਾਡੇ ਨਾਲ ਜਾਂ ਕਾਰ ਨਹੀਂ 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 ਮਹਾਰਾਜ, ਬਹੁਤ ਵਧੀਆ ਜੀ। ਇਹ ਸਾਡੇ ਵੀਰ ਜੀ ਜੋ ਕਿ ਅਮਰੀਕਾ ਤੋਂ ਭਾਈ ਹੋਣੀ, ਇਹ ਵੀ ਸਾਡੇ ਕੋਲ ਇਹਨਾਂ ਦੇ ਬੇਟਾ ਜੀ ਬਾਹਰ ਸੀ, ਉਹਨਾਂ ਨੇ ਬਾਹਰੋਂ ਹੀ ਸਾਡੇ ਨਾਲ ਕਾਰ ਬੁੱਕ ਕੀਤੀ ਸੀ, ਉਹ ਕਹਿੰਦੇ ਸਾਨੂੰ ਕਾਰ ਜ਼ਰੂਰ ਦਿਓ। ਹੋਰ ਵੀਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਨੂੰ ਬਹੁਤ ਵਧੀਆ ਤੁਸੀਂ ਗੱਡੀ ਦਿੱਤੀ ਜੀ, ਬਹੁਤ ਵਧੀਆ ਆ, ਇੱਕ ਨੰਬਰ ਗੱਡੀ ਆ ਜੀ। ਤੁਸੀਂ ਸਾਡੀ ਯੂਟਿਊਬ ਫੈਮਲੀ ਨੂੰ ਕੀ ਕਹਿਣਾ ਚਾਹੁੰਦੇ? ਬਸ ਯੂਟਿਊਬ ਦਾ ਧੰਨਵਾਦ, ਤੁਹਾਡਾ ਵੀ ਧੰਨਵਾਦ ਜੀ, ਬਹੁਤ ਵਧੀਆ ਸਾਰੇ ਨੂੰ ਕਹਾਂਗੇ ਵੀ ਗੱਡੀ ਗੁੱਡੀ ਲੈਣੀ ਹੁੰਦੀ ਉੱਥੋਂ ਲਿਆ ਕਰੋ ਭਾਜੀ ਕੋ, ਮਿਹਰਬਾਨੀ। ਹਾਂਜੀ ਹਾਂਜੀ, ਕਿਉਂਕਿ ਪਹਿਲਾਂ ਤੁਸੀਂ ਸਾਨੂੰ ਇਹ ਹੋਰ ਦਿਖਾਈ ਸੀ ਥਾਰ, ਉਹ ਸਾਡੇ ਪਸੰਦ ਨਹੀਂ ਆਈ, ਤੁਸੀਂ ਕਹਿੰਦੇ ਵੀ ਇੱਕ ਹੋਰ ਆਉਂਦੀ ਪਈ ਉਹ ਦੇਖ ਲਓ, ਸਾਨੂੰ ਗੱਡੀ
ਗਾਂ ਸਾਡਾ ਇਹ ਜੁੜੇ ਰਹਿਣ ਜੀ। ਥੈਂਕ ਯੂ ਜੀ, ਅੱਗੇ ਵੀ ਮੌਕਾ ਦੇਵਾਂਗੇ ਜ਼ਰੂਰ। ਮਿਹਰਬਾਨੀ ਸਰ, ਥੈਂਕ ਯੂ ਜੀ। ਇਹ ਸਰ ਸਵਿਫਟ ਪੈਟਰੋਲ ਵਰਜਨ, ਔਰ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਹਾਂ ਅਕਸੈਸਰੀ ਬਹੁਤ ਵਧੀਆ ਔਰ ਸੋਹਣੀ ਅਸੈਸਰੀ ਲੱਗੀ ਹੈ ਪਾਰਟੀ ਨੇ ਲਗਵਾਈ। ਜਿਸ ਤਰ੍ਹਾਂ ਕਿ ਦੇਖੋ ਬਲੈਕ ਬਿਊਟੀ ਲੱਗੀ ਆ ਬਹੁਤ ਵਧੀਆ, ਔਰ ਪੂਰੀ ਕਾਰ ਦੇ ਵਿੱਚ ਸਾਰੀ ਇਸ ਤਰ੍ਹਾਂ ਹੀ ਫੁੱਲ ਅਕਸੈਸਰੀ ਆ, ਔਰ ਇਹਦਾ ਬਿੱਲ ਵੀ ਨਾਲ ਮਿਲੇਗਾ। ਘੱਟ ਤੋਂ ਘੱਟ 25,000 ਤੋਂ 30,000 ਦਾ ਬਿੱਲ ਹੈ ਸਾਰਾ ਜੀ। ਇੱਕ ਵਾਰ ਸਾਰਾ ਤੁਸੀਂ ਬਲੈਕ ਕਲਰ ਦੀ ਗੱਡੀ ਨੂੰ ਕੈਮਰਾ ਘੁਮਾਓ ਜੀ। ਬਹੁਤ ਵਧੀਆ ਜਿਸ ਵੀਰ ਨੇ ਸਾਡੇ ਨੇ ਕਿਸੇ ਨੇ ਤਿਆਰ ਕਾਰ ਤਿਆਰ ਕੀਤੀ, ਬਹੁਤ ਸੋਹਣੀ ਔਰ ਵਧੀਆ ਤਿਆਰ ਕਰਾਈ। ਲਾਈਟਿੰਗ ਦਾ ਦਿਖਾਓ, ਉੱਪਰ ਵੀ ਡਿੱਗੇ ਦੇ ਬਿਲਕੁਲ ਬ੍ਰੈਂਡ ਨਿਊ ਕਾਰ ਔਰ ਬਿਲਕੁਲ ਨਵਿਆਂ ਵਰਗੀ। ਔਰ ਹੁਣ ਆਪਾਂ ਇੰਟੀਰੀਅਰ ਵਾਈਜ਼ ਦਿਖਾਉਂਦੇ ਹਾਂ ਜੀ। ਅੰਦਰ ਦੇਖੋ ਲੈਦਰ ਦੇ ਸੀਟ ਕਵਰ ਬਹੁਤ ਵਧੀਆ, ਘੱਟ ਤੋਂ ਘੱਟ 8,000 ਤੋਂ 10,000 ਦੇ ਬਕਟ ਫਿਟਿੰਗ ਵਾਲੇ ਸੀਟ ਕਵਰ ਲੱਗੇ ਹੋਏ ਦੋਨੋਂ ਚਾਬੀਆਂ ਦੇ ਨਾਲ ਜੀ। VXI ਮਾਡਲ ਔਰ ਕਾਰ ਰਨਿੰਗ ਹੈ ਸਰ ਸਿਰਫ 1500 ਕਿਲੋਮੀਟਰ ਜੀ। ਪੰਜੇ ਟਾਇਰ ਇਹਦੇ ਨਾਲ ਦੇ ਆ ਜੀ, JK ਦੇ, ਸਟੱਪਣੀ ਅਨਯੂਜ਼ ਹੈ ਜੀ। ਬੈਕ ਸੈਂਸਰ ਪੈਟਰੋਲ ਵਰਜਨ VXI ਮਾਡਲ ਬਿਲਕੁਲ ਸ਼ੋਰੂਮ ਨਵੀਂ ਕਾਰ, 2020 ਮਾਡਲ, 12ਵੇਂ ਮਹੀਨੇ ਦੀ ਦਸੰਬਰ ਮਹੀਨੇ ਦੀ ਕਾਰ ਹੈ ਜੀ 2020 ਦੇ, ਔਰ ਦਸੰਬਰ ਤੱਕ ਇੰਸ਼ੋਰਸ ਫੁੱਲ, ਉਸ ਤੋਂ ਬਾਅਦ 2 ਸਾਲ ਦੀ ਥਰਡ ਪਾਰਟੀ। ਇਹ ਬਿਲਕੁਲ ਸ਼ੋਰੂਮ ਨਵੀਂ ਕਾਰ, 1500 ਕਿਲੋਮੀਟਰ ਕਾਰ ਰਨਿੰਗ। ਇਹ ਵੀਰ ਜੀ ਆਪਾਂ ਤੁਹਾਨੂੰ ਕਾਰ ਫਾਈਨਲ ਦੇ ਦਾਂਗੇ 6,70,000 ਰੁਪਏ ਦੀ, ਕੋਈ ਕਮਿਸ਼ਨ ਨਹੀਂ, ਜੈਨੂਨ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਕਾਰ ਜੀ। ਇਹ ਸਰ ਜਿਸ ਤਰ੍ਹਾਂ ਆਪਾਂ ਤੁਹਾਨੂੰ VXI ਪਹਿਲੇ ਸਵਿਫਟ ਦਿਖਾਈ ਸੀ ਨਾ, ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ZXI ਜੀ, 2019 ਮਾਡਲ। ਇਹ ਵੀ ਦਸੰਬਰ ਮਹੀਨੇ ਦੀ, 22 ਦਸੰਬਰ ਦੀ ਕਾਰ ਹੈ ਜੀ। ਇਹਦੇ ਵਿੱਚ ਇੰਟੀਰੀਅਰ 'ਚ ਹੁਣ ਦਿਖਾਉਂਦੇ ਜਿੱਦਾਂ ਸਭ ਤੋਂ ਪਹਿਲਾਂ ਸੀਟ ਕਵਰ ਬਹੁਤ ਵਧੀਆ ਲੱਗੇ ਹੋਏ, ਔਰ ਇਸ ਦੇ ਵਿੱਚ ਆ ਗਿਆ ਜੀ ਹੁਣ ਪੁਸ਼ ਬਟਨ ਸਟਾਰਟ, ਸਟੀਅਰਿੰਗ ਕੰਟਰੋਲ CD ਸਿਸਟਮ ਕੰਪਨੀ ਦਾ, ਅਲਾਈ ਵੀਲਸ ਜੋ ਕਿ ਕੰਪਨੀ ਦੇ ਹੀ, ਇਹਨੂੰ 15 ਨੰਬਰ ਟਾਇਰ ਆ ਗਏ ਜੀ ਅਪੋਲੋ ਦੇ। VXI ਨੂੰ ਜਿਸ ਤਰ੍ਹਾਂ 14 ਨੰਬਰ ਦੇ ਟਾਇਰ ਹੁੰਦੇ ਆ ਜੀ, ਇਹਨੂੰ ਲਾਇਆ ਦੇ ਨਾਲ 15 ਨੰਬਰ ਦੇ ਟਾਇਰ ਆ ਗਏ। ਬੈਕ ਵਾਈਪਰ, ਬੈਕ ਸੈਂਸਰ, ਔਰ ਨੰਬਰ ਦੀ ਗੱਲ ਕਰੀਏ ਬਹੁਤ ਵਧੀਆ ਨੰਬਰ ਲੱਗਾ ਜੀ, PB10 GY4242 ਨੰਬਰ ਵੀ ਬਹੁਤ ਵਧੀਆ ਫੈਂਸੀ ਨੰਬਰ ਲੱਗਾ ਆ। ਪੈਟਰੋਲ ਵਰਜਨ ਬਿਨਾਂ ਦਾਗ ਬਿਨਾਂ ਸਕਰੈਚ ਤੋਂ ਕਾਰ ਨਵਿਆਂ ਵਰਗੀ ਜੀ। ਇਹ ਵੀਰ ਜੀ ਆਪਾਂ ਤੁਹਾਨੂੰ ਕਾਰ 19 ਮਾਡਲ ZXI ਦੇ ਦਾਂਗੇ ਸਰ, ਆਪਾਂ ਤੁਹਾਨੂੰ 6,50,000 ਰੁਪਏ ਦੀ ZXI ਪੈਟਰੋਲ ਵਰਜਨ ਜੀ। ਇਹ ਸਰ ਸਵਿਫਟ ਪੈਟਰੋਲ 2019 ਮਾਡਲ ਜੀ, ਇਹਦੇ ਵਿੱਚ ਵੀ ਲੈਦਰ ਦੇ ਬਹੁਤ ਵਧੀਆ ਸੀਟ ਕਵਰ ਲੱਗੇ ਹੋਏ। ਕਾਰ ਚੱਲੀ ਜੀ ਟੋਟਲ 33,000 ਕਿਲੋਮੀਟਰ ਕਾਰ ਆਣੀ ਹੈ। ਪੈਟਰੋਲ ਵਰਜਨ ਲੋਕਲ ਹੁਸ਼ਿਆਰਪੁਰ ਦਾ ਨੰਬਰ ਜੀ, ਸੈਕਿੰਡ ਪਾਰਟੀ ਦੇ ਨਾਂ 'ਤੇ ਕਾਰ, ਔਰ ਇਹਦੇ ਸਰ ਜਿੱਦਾਂ ਅਗਲਾ ਪਿਛਲਾ ਦੋਨੋਂ ਬੰਪਰ ਰੀਪੇਂਟ ਆ, ਇੱਕ ਪੀਸ ਹੋਰ ਹੈਗਾ ਆਪਾਂ ਤੁਹਾਨੂੰ ਵੀ ਦਿਖਾ ਦਿੰਦੇ ਹਾਂ। ਇਸਦਾ ਇੱਕ ਡੋਰ 'ਤੇ ਸਕਰੈਚ ਸੀਗਾ, ਇਹ ਅਸੀਂ ਖੁਦ ਆਪਾਂ ਰੀਪੇਂਟ ਕਰਾਇਆ, ਔਰ ਟਾਇਰ ਸਾਰੇ 5 ਇਹਦੇ ਨਾਲ ਦੇ ਆ ਜੀ। ਇਹ 2019 ਮਾਡਲ, ਇਹ ਵੀਰ ਜੀ ਆਪਾਂ ਤੁਹਾਨੂੰ ਕਾਰ ਦੇਵਾਂਗੇ 5,85,000 ਰੁਪਏ ਦੀ, 2019 ਮਾਡਲ VXI ਪੈਟਰੋਲ ਸਵਿਫਟ ਜੀ। ਸਰ ਸਵਿਫਟ ਡਿਜ਼ਾਇਰ ਪੈਟਰੋਲ ਵਰਜ਼ਨ ZXI ਮਾਡਲ ਜੀ,
ये देखो तुम एक्सट्रा क्रोम और ग्रिल से डिजायर की बहुत वधिया लिखाई हुई लाइटिंग हुई है। और अंदरों आप इंटीरियर की गल करिए लैदर के बहुत वधिया बकेट फिटिंग सीट कवर लगे हुए पुश बटन स्टार्ट वाला मॉडल स्टेयरिंग कंट्रोल कंपनी स्टीरिंग सिस्टम और ये जेड एक्स देखो वुडन बहुत वधिया डैशबोर्ड से भी वुडन का भी बहुत वधिया इंटीरियर बिल्कुल नवें वर्गा इंटीरियर सिर्फ 29,000 किलोमीटर कार रनिंग और अलाइट आर जो कि कंपनी वालों ही होंगे वो नाल दे जी और टायर जिहड़े आ पार्टी ने कॉन्टीनेंटल दे खुद चेंज करवाए दूसरे जो कि जिस नाल दे पोलो जे के हम उतार के कॉन्टीनेंटल दे टायर लगवाए जेड एक्स आई मॉडल और एक्स्ट्रा क्रोम किट भी पूरी डोर ते डोर वाइजर क्रोम किट पूरी फुल कार में लगी हुई पेट्रोल वर्जन जेड एक्स आई 2018 मॉडल फरवरी महीने की कार है जी 2022 तक यदि इंश्योरेंस है जी। ये भी जी सर आप लास्ट फाइनल प्राइस जो कि लैस करके तुहानू कर देवांगे 6,55,000 रुपए की 2018 जेड एक्स आई स्विफ्ट डिजायर पेट्रोल वर्जन जी। हुण आपां तुहानू दिखाउंदे जी स्विफ्ट डीजल वर्जन जी। सब तो पहले तो आप नंबर की गल करिए PB12 रोपड़ का नंबर जी और नंबर बहुत वधिया फैंसी लगा 2000 VDI मॉडल 2019 मॉडल 8वें महीने की कार रनिंग है जी 33,400 किलोमीटर और नीचे लैदर की मैटिंग बहुत सोहनी घट तो घट 10-15,000 रुपए की लैदर की मैटिंग हुई है लैदर के ही सीट कवर लगे हुए और पंजे टायर सारे दे नाल दे है जी अपोलो दे स्टपनी अनयूज बिल्कुल नवें वर्गी बेदाग कार डीजल वर्जन कोई स्क्रैच कोई डेंट नहीं कार से और जेन्युइन कंपनी रिकॉर्ड ना चली हुई है। ये भीर जी आप देवे 7,00,000 रुपए की 2019 मॉडल स्विफ्ट VDI डीजल वर्जन बिल्कुल नवें वर्गी कार जी। हम सर आप कार दिखाने जी कि तुम थंबनेल देखी सी 2009 VXI पेट्रोल वर्जन छोटे बजट की कार और बहुत वधिया कंडीशन च पेट्रोल वर्जन 2009 VXI मॉडल इंटीरियर वाइज भी कार बहुत सोहनी सेंटर लॉकिंग कंपनी स्टीरियो सिस्टम मारुति का और टायर JK दे नवें चारों टायर बिल्कुल नवें लोकल जलंधर का नंबर बैक कैमरा भी लगा हुआ। ये सर स्विफ्ट पेट्रोल 2009 मॉडल ये आप सर तुम देवे 2,60,000 रुपए की पेट्रोल वर्जन VXI मॉडल स्विफ्ट मारुति की पेट्रोल वर्जन जी। ये सर स्विफ्ट डिजायर 2010 मॉडल जिदा कि साढ़े वीर लाभ के भी कोई घट बजट वधिया नवें वर्गी कार मिल जाए इन्नी झट घट चली कार बहुत घट लभदी आ। ये सर आप 2010 मॉडल स्विफ्ट डिजायर डीजल सिर्फ 41,000-42,000 किलोमीटर टोटल कार रनिंग जितों मर्जी जिहड़ा मर्जी बंदा भीर रिकॉर्ड चैक रख सकता मीटर खोल के चैक कर सकता जिदा मर्जी कार का मीटर बैग हो कार की डबल पेमेंट देवे दोनों चाबियां दे नाल जी। कार रनिंग है जी 42,000 किलोमीटर टोटल और कार चलावे च भी नवी देखा च भी नवी और कार बहुत वधिया कंडीशन बॉडी लाइन भी बहुत सुथरी टायर बिल्कुल वधिया कंडीशन अलाए लगे क्रोम दे जी वी शेप वाले टायर क्रोम दे अलाए VDI मॉडल PB8 BT1101 कार का नंबर है जी। किसी वीर ने अगर रिकॉर्ड भी कढ़ाना हो अपना नंबर दसता रिकॉर्ड कढ़ा के साढ़े डील कर सकता जी। सिर्फ इस कार दे बंपर दीआं कोने टचिंग करवाए गए बाकी बॉडी लाइन सारी टोटल ओरिजिनल और टोटल नवी और तुहानूं हुण फ्रंट की गल दसदे हां।
देखो बोनट के नट भी सारे पूरी सील्ड, फेंडर भी पूरी सील्ड, फट्टी के नट भी कोई चाबी नहीं लगी होगी। देखो सारी कार पूरी सील्ड पई, बिल्कुल नवें वर्गी इदा की घट चली कार, बहुत घट लभदी। और जिस वीर को भी आपां लई उन्होंने वधिया सांभी हुई कार सी, ये सारा पता नूं कार डीजल वर्जन 2010 मॉडल डिजायर 350,000 रुपए देवांगे जी। बिल्कुल नवें वर्गी कार जिहड़ा वीर लैके जाऊगा याद करेगा जिन्ना चिर चलाएगा।